गुड मॉर्निंग गाइस, की हाल है थोड़े सारे ने। थोड़ा बहुत बहुत स्वागत है साडे यूट्यूब चैनल ते। इंद्रन कीरत आ बंदा यार मैंने सवेरे सवेरे दुखी करन लग गया, कहना साइड टेबल लग गया। हजे मैं उठाया भी नहीं है, पहले ही कम गड़ाउन लग जाती है। आ करो आ करो, ला ला ला, की गल हरकत ने होए तेरी ये यार क्यूटी पाए पंप यार क्यूटी पाए कुछ नहीं आता अज, क्यूटी पाई कुछ नहीं आता अज। चलो क्यूटी पाई गाइस हुण असीं उठदे आं ते कोई कम कार करदे आ। गाइस स्टीम क्लीन सुक गई ते बहुत ज्यादा फर्क आ, पहला बहुत गंदा सी स्टीम क्लीन मेनू ऐसी चल सुकन नू टाइम लैंदी इन्ने भी किन्ने दिन आ रात रात सुक गया देखो आप मन रही है डंगर स्टीम क्लीन करती है दोनों गड्डिया उपर भी हो गया स्टीम क्लीन सारिया गड्डिया छली उन्हां दी भी हो गई पूरा लाहा लिया स्टीम क्लीन का। सो हुण बाय बाय कर दो स्टीम क्लीन इहदी बस कराती। रात सूफे सूफे भी करते सीगे वो भी करतियां सीगियां कुर्सियां सारा कुछ करता स्टीम क्लीन सारा घर स्टीम क्लीन करता है। मेहनती बंदा मैं रात दस तक बस हो गई सी मेरी उत्ते क्लीन करते हुए। हुण गड्डी धोनी है इस तो बाद स्टीम क्लीन हो गई। सो गाइस गड्डी हो गई चकाचक साफ, गड्डी अपने धोती। सो इधर गिनी ने गराज भी साफ करता एंड इधर करता चकाचक करता इन्होंने साफ करता पूरा। हम तो हम ठीक लग रहा घर गाइस आ कुड़ी ना माड़ा जहा किसी चीज से दाग पै जी चक के सुट दिंदी है। आ कंबल थोड़े टाइम पहला लिया तो थोड़ा जहा दाग आ कहनी इन भी सुटूंगी एक दिन तेन चक के सुट। कोई ना देखने की आ गंदे सारे होंगे ने तेन भी चक के सुटू एक दिन देख ली। मैं नहीं करा यार थक गया बाबे मैं गंदे की करी जाने डैडी का बंपी ते मैं मरता कोर चक लिया ਇਹਦੇ ਵੀ ਬੰਪੀ ਕੱਟ ਕੇ ਰੱਖਣੇ ਆ ਕੱਟ ਕੇ ਨਹੀਂ ਟੁੱਟ ਕੇ ਕੱਟ ਕਿਵੇਂ ਦੇਵਾਂਗੇ ਸਿਰਾ ਹੀ ਲੋਕ ਜਿਵੇਂ ਇਹਦੇ ਕੱਡੇ ਪਏ ਨੇ। ਅੱਛਾ ਓਏ ਇਹ ਤਾਂ ਵਿਚਾਰਾ ਹੋ ਵੀ ਕੱਟਿਆ ਹੋਈ ਸੀ ਨਾ ਬਈ ਇਹ ਤਾਂ ਖਰਾਬ ਜਿਹਾ ਹੋਇਆ ਉੱਪਰ ਨਾ ਮੈਂ ਇਹਨਾਂ ਦਾ ਨੀਚੇ ਨੂੰ ਮੂੰਹ ਕਰਕੇ ਪੌੜੀਆਂ 'ਚ ਹੋਰ ਹੀ ਹੋਇਆ ਪਿਆ ਹੈ ਕਿਨੂੰ ਉੱਪਰ ਮੈਂ ਪੌੜੀਆਂ 'ਚ ਨਾ ਨੀਚੇ ਨੂੰ ਮੂੰਹ ਕਰਕੇ ਰੱਖ ਗਿਆ ਦੋਏ ਟੈਡੀਆਂ ਨੂੰ ਸਭ ਤਾਂ ਦੋਆਂ ਨੇ ਮੁੱਕੀਆਂ ਮਾਰ ਗਈ ਬੌਂਪੀਆਂ ਤੇ ਰੱਖੀ ਐਂ ਪਰ ਸੀ ਬਸ ਐਦਾਂ ਹੀ ਸੋ ਇਸ ਉੱਤੇ ਪਾ ਤਾਂ ਝੜਦੇ ਨੇ ਨਾ ਮੇਰੇ ਤੇ ਨਾ ਪਾ ਦੀ ਉਸਤਾਦ ਆ ਲੈ ਪਾ ਲੈ ਤੁਹਾਨੂੰ ਵੀ ਦੇਖਣ ਪੈਸੇ ਲੈ ਕੀ ਕਰਦਾ ਫਰੀ ਇੰਨਾ ਲੈ 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 ਉਹ 에ਅਰ ਫਰੈਸ਼ਨਰ ਮਾਰਦੀ ਫਿਰਦੀ ਗਾਇਸ ਗਿੰਨੂ ਦੇ ਹਰਲ ਲੱਗ ਰਹੀ ਆ ਮਿੰਟ ਕੋ ਬਾਅਦ ਨਹੀਂ ਆ ਰਿਹਾ ਮਿੰਟ ਕੋ ਬਾਅਦ ਖੋਲ ਕੇ ਖੜੇ ਹੁੰਦੀ ਆ ਰੋਟੀ ਵੀ ਖਾਣੀਆਂ ਤੇ ਮੈਂ ਹਜੇ ਵੀ ਭੁੱਖ ਲੱਗ ਰਹੀ ਆ ਤੇ ਰੋਟੀ ਹੋਰ ਖਾਣ ਨੂੰ ਦਿਲ ਨਹੀਂ ਕਰ ਰਿਹਾ ਕੀ ਕਰਾਂ ਮੈਂ ਅੱਜ ਬਹੁਤ ਕੰਮ ਕੀਤਾ ਸਾਰਿਆਂ ਨੇ ਅਦਰ ਸੰਤਾ ਰਾਣੀ ਰੋਟੀ ਖਾਈ ਜਾਂਦੀ ਹੈ ਤੈਨੂੰ ਤਾਂ
ਕਿੰਨੀ ਵਾਰ ਤਾਂ ਪੋਚਾ ਲਾ ਤਾ ਪੋਪਕੋਰਨ ਨੀ ਖਾ ਲਾ ਪੋਪਕੋਰਨ ਤੇ ਆ ਗਈ ਪੋਪਕੋਰਨ ਨੀ ਖਾ ਲੈਂਦੇ ਯਾਰ ਫਰਾਈਆਂ ਲੈ ਕੇ ਆਉਣੀਆਂ ਨੇ ਬਾਹਰੋਂ ਚਲ ਆਇਆ ਜਲਦੀ ਮੇਰੇ ਨਾਲ ਜਾਣਾ ਪਊ ਹੰਗਰੀ ਜਾ ਕੇ ਖਾਊਂਗੀ ਮੈਂ ਚੰਗਾ ਆ ਜਾ ਚਲੋ ਚਲ ਏ ਆਏ ਰੱਬਾ ਇੰਨੀ ਭੁੱਖ ਬਾਲੀ ਮੈਂ ਸਵੇਰ ਦਾ ਅੱਜ ਕੁਛ ਨੀ ਖਾਧਾ ਹੋਇਆ ਹੁਣੇ ਖਾਧਾ ਬਸ ਸਵੇਰ ਤੋਂ ਮੈਂ ਕੁਛ ਨੀ ਇੱਕ ਵੀ ਚੀਜ਼ ਨਹੀਂ ਖਾਧੀ ਚਾਕਲੇਟ ਮੈਨੇ ਇੱਕ ਚਾਕਲੇਟ ਵੀ ਨਹੀਂ ਖਾਧੀ ਐ ਸੋਚ ਲਾ ਮੈਂ ਪਾਣੀ ਤੇ ਸੀ ਸਵੇਰ ਦਾ ਨਾ ਕੇਲਾ ਨਾ ਚਾਕਲੇਟ ਮੈਂ ਪਾਣੀ ਨਹੀਂ ਪੀਤਾ ਸਾਰੇ ਦਿਨ ਤਾਂ ਹੋ ਰਿਹਾ ਇੰਨਾ ਫਿਰ ਹੁਣ ਹੁਣ ਰੈਡ ਕਾਰਪੇਟ ਵਿਛਾਈਏ ਪਾਗਲ ਹੋ ਗਿਆ ਜਾ ਫਰਾਈ ਖਵਾ ਕੇ ਹੁਣ ਬੈਠਾਂਗੇ ਤਾਂ ਹੁਣ ਤੱਕ ਤਾਂ ਕੰਮ ਕਰਦੇ ਸੀ ਤਾਂ ਬੈਠਾਂਗੇ ਹੁਣ ਤਾਂ ਰਿਲੈਕਸ ਹੋ ਨਾ ਸਾਰੇ ਹੁਣ ਤਾਂ ਡਨ ਮੈਨੂੰ ਕਰੇਵਿੰਗ ਹੋ ਰਹੀ ਸੀ ਫ੍ਰਾਈਜ਼ ਦੀ ਐਂਡ ਸਰ ਲੈ ਕੇ ਜਾ ਰਹੇ ਨੇ ਮੈਨੂੰ ਮਾਈ ਬੇਬੀ ਬੇਬੀ ਹਾਂ ਮੈਂ ਵੈਸੇ ਇੱਕ ਗੱਲ ਆ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਆਪਣੇ ਪਾਰਟਨਰਸ ਨੂੰ ਬੇਬੀ ਕਾਹਤੋਂ ਕਹਿੰਦੇ ਆ ਮਤਲਬ ਮੇਰੀ ਵੀ ਆਦਤ ਆ ਹਿੰਦਰ ਦੀ ਵੀ ਆਦਤ ਆ ਕਹਿਣ ਦੀ ਹੋਰ ਜਿਹੜੇ ਹੁੰਦੇ ਆ ਉਹ ਵੀ ਪਾਰਟਨਰ ਇੱਕ ਦੂਜੇ ਨੂੰ ਬੇਬੀ ਕਹਿੰਦੇ ਆ ਪਰ ਅੱਛਾ ਹੋਰ ਕੁਛ ਸੋ ਮੈਨੂੰ ਸਮਝ ਨਹੀਂ ਆਉਂਦੀ ਵੀ ਏਦਾਂ ਕਿਉਂ ਆ ਏਦਾਂ ਕਾਹਤੋਂ ਆ ਪਰ ਕਿਊਟ ਲੱਗਦਾ ਹਨਾ ਜਦੋਂ ਆਪਾਂ ਬੇਬੀ ਕਹਿ ਕੇ ਬੁਲਾਉਣੇ ਆ ਇਹ ਪਤਾ ਨਹੀਂ ਕਿਹਨੇ ਸ਼ੁਰੂ ਕੀਤੇ ਹੋਣੇ ਰੀਤ ਸੋ ਹੁਣ ਅਸੀਂ ਜਾ ਰਹੇ ਹਾਂ ਪ੍ਰਾਈਜ਼ ਲੈਣ ਐਂਡ ਮੈਂ ਕੁਐਸਚਨਸ ਵੀ ਦੇਖਣੇ ਆ ਅੱਜ ਜਿਹੜੇ ਅਸੀਂ ਕੁਐਸਚਨਸ ਆਨਸਰ ਦੇਵਾਂਗੇ ਤੇ ਕੀ ਹੋਇਆ ਕੁਛ ਨਹੀਂ ਉੱਤੇ ਆਸਾਂ ਬਿਨਾਂ ਗੱਲ ਤੋਂ ਗਾਈਜ਼ ਮੇਰੇ ਪਿੰਪਾਂ ਸਫਾਈਆਂ ਦੇ ਚੱਕਰ 'ਚ ਮੇਰੀ ਐਸੀ ਬੁਰੀ ਹਾਲਤ ਹੋਈ ਆ ਨਾ ਬਟ ਅੱਜ ਫਾਈਨਲੀ ਸੋ ਗਾਈਜ਼ ਅਸੀਂ ਲਾਸਟ ਥਰਸਡੇ ਦੇ ਲੱਗੇ ਹੋਏ ਹਾਂ ਐਂਡ ਅੱਜ ਵੈਨਸਡੇ ਆ ਕੱਲ੍ਹ ਥਰਸਡੇ ਅੱਜ ਸਾਰਾ ਕੁਛ ਹੋਇਆ ਮਤਲਬ ਹਫ਼ਤਾ ਹੋ ਗਿਆ ਪੂਰਾ ਸਾਨੂੰ ਲੱਗੇ ਹੋਇਆਂ ਨੂੰ ਸੋ ਹੁਣ ਫਾਈਨਲੀ ਰਿਲੈਕਸ ਹੋਵਾਂਗੇ ਸਾਰਾ ਕੁਛ ਸੈਟਿੰਗ ਹੋ ਗਈ ਆ ਅਤੇ ਅੱਜ ਆਰਾਮ ਕੀ ਨੀਂਦ ਸੋਏਂਗੇ ਅਤੇ ਇੰਨੇ ਦਿਨ ਹੋ ਗਏ ਮੈਂ ਆਪਣਾ ਫੋਨ ਵੀ ਨਹੀਂ ਚੈੱਕ ਕੀਤਾ ਫੋਨ ਦੇਖਿਆ ਤੱਕ ਨਹੀਂ ਵੀਡੀਓ ਸ਼ੇਅਰ ਹੁੰਦੀ ਸੀ ਬਸ ਮੇਰੇ ਫੋਨ ਤੋਂ ਅਤੇ ਉਹ ਵੀ ਇੰਦਰ ਕਰ ਦਿੰਦੇ ਹੁੰਦੇ ਸੀ ਕਈ ਵਾਰੀ ਮੋਸਟ ਆਫ ਦਾ ਟਾਈਮ ਇੰਦਰ ਨਹੀਂ ਕੀਤੀ ਆ ਐਂਡ ਮੈਂ ਆਪਣੇ ਫੋਨ ਤੋਂ ਦੂਰ ਹੀ ਸੀ ਸੋ ਗਾਈਜ਼ ਜਿਹਨਾਂ ਦੇ ਵੀ ਮੈਂ ਮੈਸੇਜ ਜਾਂ ਡੀ ਐਮਸ ਰਿਪਲਾਈ ਨਹੀਂ ਕੀਤੇ ਆਈ ਐਮ ਸੋ ਸੋਰੀ ਕਿਉਂਕਿ ਮੈਂ ਅਸੀਂ ਮੂਵਿੰਗ ਦੇ ਵਿੱਚ ਬਿਜ਼ੀ ਸੀਗੇ ਤਾਂ ਕਰਕੇ ਮੇਰੇ ਤੋਂ ਰਿਪਲਾਈ ਨਹੀਂ ਹੋਏ ਐਂਡ ਵਟਸਐਪ ਵੀ ਕਾਫੀ ਆਏ ਹੋਏ ਆ ਘਰੇ ਗੱਲ ਨਹੀਂ ਹੋਈ ਕਾਫੀ ਦਿਨ ਹੋ ਗਏ ਸੋ ਅੱਜ ਸਾਰਾ ਕੈਚ ਅਪ ਕਰੂੰਗੀ ਹੁਣ ਮੈਂ ਖਾਂਗੀ ਫ੍ਰਾਈਜ਼ ਬਾਈ ਇੱਕ ਚਿਪਸ ਯੈਸ ਐਂਡ ਸਪਾਈਸੀ ਸੌਸ ਓਕੇ ਮੈਂ ਵੀ ਖਾਊਂਗਾ ਆਪਣੇ ਆਟੋ ਲੈ ਲਓ ਮੈਂ ਨਹੀਂ ਕੁਝ ਦੇਣਾ ਥੋੜੇ ਦੇ ਦੀ ਨਾ ਫਿਰ 2 ਲਾਰਜ ਯੈਸ ਮੈਨੇ ਨਹੀਂ ਕੁਝ ਲੈਣਾ ਆਪਣੀਆਂ ਲੈ ਲਿਓ ਅੱਡ
visit, but we are currently closed. Can I get 2 large chips, please? 2 large chips. And with spicy sauce? Yep. That's all. Shut down. Thank you. और कुछ खाने दिल नहीं करता, बस फ्राइज खाने दिल करता, क्योंकि बर्गर पिज्जा खा खा अक गई मैं इतना दिन आज। बर्गर पिज्जा, बर्गर पिज्जा, बर्गर पिज्जा। तो गाइस ਜਿਵੇਂ ਅਸੀਂ 6-7 ਦਿਨਾਂ ਤੋਂ ਅਨਹੈਲਦੀ ਜਿਹਾ ਖਾਈ ਜਾਂਦੇ ਸੀ ਹਨਾ, ਹੰਗਰੀ ਜੈਕਸ, ਮੈਕਡੋਨਲਡਸ, ਇਹਨਾਂ 'ਚ ਕੋਈ ਇੱਦਾਂ ਦੀ ਚੀਜ਼ ਪਾਈ ਹੁੰਦੀ ਆ ਕਿ ਬੰਦੇ ਨੂੰ ਨਾ ਐ ਖੋ ਲੱਗਦੀ ਅੰਦਰੋਂ ਵੀ ਮੈਂ ਉਹੀ ਚੀਜ਼ ਦੁਬਾਰੇ ਖਾਵਾਂ। ਕ੍ਰੇਵਿੰਗ ਹੁੰਦੀ ਆ, ਕ੍ਰੇਵਿੰਗ ਹੁੰਦੀ ਆ। ਇਹਨਾਂ 'ਚ ਪਾਇਆ ਹੁੰਦਾ, ਬੜੀਆਂ ਬੜੀਆਂ ਕੰਪਨੀਆਂ ਨੇ ਆਹੀ ਕੁਛ ਕਰਦੀਆਂ ਨੇ ਇਹ। ਹੋਰ ਕੀ, ਹੁਣ ਹੁਣ ਅਸੀਂ ਦੇਖ ਲਓ 1-2 ਦਿਨ ਖਾਣਾ ਛੱਡਿਆ, ਕੱਲ੍ਹ ਰੋਟੀ ਖਾਧੀ ਸੀ ਅਤੇ ਅੱਜ ਰੋਟੀ ਖਾਧੀ ਹੈ, ਫਿਰ ਵੀ ਅੰਦਰੋਂ ਕੁਛ ਹੋ ਰਿਹਾ ਸੀ, ਕੁਛ ਖਾਈਏ ਹਨਾ। ਕੱਲ ਵੀ ਖਾਦਾ ਸੀ ਮੈਂ ਤਾਂ ਬਰਗਰ, ਪਿਜ਼ਾ, ਆਹ ਫ੍ਰਾਈਜ਼। ਆਹੋ ਕੱਲ ਵੀ ਮੈਂ ਵੀ ਖਾਦਾ ਸੀ, ਪਰ ਅੰਦਰੋਂ ਹੁੰਦਾ ਹਨਾ, ਖੋ ਹੀ ਲੱਗਦੀ ਵੀ ਹੁਣ ਖਾਈਏ ਉਹ ਅਨਹੈਲਦੀ ਜਾ। ਗਾਇਸ ਦੇਖੋ ਸਾਰਿਆਂ ਨੇ ਆਪਣੇ ਘਰ ਕਿਵੇਂ ਸਜਾਏ ਹੋਏ ਆ ਕ੍ਰਿਸਮਸ ਤੇ। ਆ ਦੇਖੋ ਗਾਇਸ, ਲੋਕਾਂ ਨੇ ਘਰ ਸਜਾਏ ਹੋਏ ਆ। ਇਹ ਤਾਂ ਲਾਈਕ ਨਾਰਮਲ ਲਾਈਟਿੰਗ ਆ, ਬਟ ਕਈਆਂ ਨੇ ਇੰਨਾ ਸੋਹਣਾ, ਇੰਨਾ ਸੋਹਣੇ, ਉਹ ਦੇਖੋ ਇੰਨੇ ਸੋਹਣੇ ਸਜਾਏ ਹੋਏ ਆ ਨਾ। ਇੱਕ ਤਾਂ ਆਂਟੀ ਨਹੀਂ ਬੋਲਣਾ ਹਟ ਗਈ, ਇੱਧਰ 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 ਲੈਫਟ। ਹਾਂ ਸੈਂਟਾ ਬੈਠਾ ਉਹਨਾਂ ਦੀ ਬਾਲਕਨੀ 'ਚ। ਮੇਰਾ ਫ੍ਰਾਈਜ਼ ਪਾਰਟਨਰ ਹੈ, ਅੱਧੀ ਰਾਤ ਨੂੰ ਫ੍ਰਾਈਜ਼ ਪਾਰਟਨਰ ਆ। ਯੱਪੀ, ਆ ਜਾਓ। ਸੋ ਅੱਜ ਦਾ ਜਿਹੜਾ ਕੁਐਸਚਨ ਹੈਗਾ ਪਹਿਲਾ, ਉਹ ਹੈਗਾ ਆ ਸੁਖਮਨਪ੍ਰੀਤ ਕੌਰ ਵੱਲੋਂ। ਕਾਫੀ ਪਾਪੂਲਰ ਜਿਹਾ ਕੁਐਸਚਨ ਲੱਗ ਰਿਹਾ। ਹਾਊ ਯੂ ਸਟਾਰਟਡ ਕੋਲੈਬੋਰੇਸ਼ਨ ਔਰ ਹਾਊ ਯੂ ਗੈਟ ਸੂਟਸ, ਜੁਐਲਰੀ ਐਂਡ ਡਿਲੀਵਰੀ ਔਨ ਡੇਲੀ ਬੇਸਿਸ, ਪਲੀਜ਼ ਟੈਲ ਦੀ। ਦੱਸ ਦੇ। ਸੋ ਗਾਈਜ਼, ਜਿਵੇਂ ਕਿ ਮੈਂ ਫੈਸ਼ਨ ਬਲੌਗਰ ਹਾਂ, ਰਾਈਟ? ਸੋ ਜਿਹੜੇ ਬ੍ਰੈਂਡਸ ਆ ਉਹ ਮੈਨੂੰ ਕੰਟੈਕਟ, ਵਟ ਕਿਊਟ ਆ। ਸੋ ਜਿਹੜੇ ਬ੍ਰੈਂਡਸ ਆ ਮੈਨੂੰ ਕੰਟੈਕਟ ਕਰਦੇ ਆ ਵੀ ਅਸੀਂ ਹਨਾ, ਜਿਵੇਂ ਉਹਨਾਂ ਨੇ ਆਪਣੇ ਪ੍ਰੋਡਕਟਸ ਪ੍ਰਮੋਟ ਕਰਾਉਣੇ ਹੁੰਦੇ ਆ, ਜਿਵੇਂ ਬੁਟੀਕਸ ਕਰਦੇ ਆ ਵੀ ਉਹਨਾਂ ਨੇ ਆਪਣਾ ਹਨਾ ਕਰਵਾਉਣਾ ਹੁੰਦਾ, ਪ੍ਰਮੋਸ਼ਨ ਕਰਵਾਉਣੀ ਹੁੰਦੀ ਆ ਆਪਣੀ। ਸੋ ਮੈਨੂੰ ਆਪਣੇ ਸਟੱਫ ਭੇਜ ਦਿੰਦੇ ਆ ਐਂਡ ਮੈਂ ਅੱਗੇ ਪ੍ਰਮੋਟ ਕਰ ਦਿੰਦੀ ਹਾਂ ਪਾ ਕੇ, ਅਤੇ ਜਿਨ੍ਹਾਂ ਨੂੰ ਪਸੰਦ ਆਉਂਦਾ ਆ ਉਹ ਅੱਗੇ ਹਨਾ ਉਹਨਾਂ ਤੋਂ ਬਾਏ ਕਰ ਲੈਂਦੇ ਆ। ਸੋ ਇੱਦਾਂ ਇਹ ਹੁੰਦਾ ਆ, ਬ੍ਰੈਂਡਸ ਕੰਟੈਕਟ ਕਰਦੇ ਆ ਪ੍ਰਮੋਸ਼ਨਸ ਲਈ। ਸੋ ਹੈਂਸ ਮੈਨੂੰ ਮਿਲਦੀ ਆ ਫ੍ਰੀ ਜੁਐਲਰੀ ਐਂਡ ਸੂਟਸ। ਬੋਲੋ ਕੁਛ। ਮੈਨੂੰ ਤਾਂ ਕੁਝ ਮਿਲਦਾ ਨਹੀਂ, ਮੈਂ ਕਿਹਾ ਬੋਲਾਂ। ਤੁਹਾਨੂੰ ਇੰਨਾ ਸਾਰਾ ਪਿਆਰ ਮਿਲਦਾ, ਤੂੰ ਪਿਆਰ ਲੈ ਲਿਆ ਕਰ ਮੈਨੂੰ, ਮੈਨੂੰ ਕੱਪੜੇ ਦੇ ਦਿਆ ਕਰੋ। ਠੀਕ ਆ, ਮੈਂ ਹੈਪੀ ਹਾਂ, ਵਿਰਿੰਦਰ ਨੂੰ ਭੇਜ ਦਿਆ ਕਰੋ। ਮੁੰਡਿਆਂ ਦਾ ਕੁਛ ਹੁੰਦਾ ਨਹੀਂ ਨਾ ਪ੍ਰਮੋਟ ਕਰਨ ਦਾ। ਜਿਹੜਾ ਸੈਕਿੰਡ ਕੁਐਸਚਨ ਹੈਗਾ ਅੱਜ ਦਾ, ਉਹ ਹੈਗਾ ਪ੍ਰਭਦੀਪ ਕੌਰ ਢਿੱਲੋਂ ਵੱਲੋਂ, ਅਤੇ ਉਹਨਾਂ ਨੇ ਪੁੱਛਿਆ ਕਿ ਵੈਨ ਇਜ਼ ਯੂਅਰ ਮੈਰਿਜ ਐਨਵਰਸਰੀ, ਕਦ ਹੈ ਦੱਸੋ, ਤੁਸੀਂ ਦੱਸੋ। ਤੈਨੂੰ ਕੀ ਲੱਗਦਾ, ਉਹਨੂੰ ਯਾਦ ਨਹੀਂ ਹੋਊਗੀ? ਨਹੀਂ ਪਤਾ ਮੈਨੂੰ ਯਾਦ ਨਹੀਂ। ਤੈਨੂੰ ਨਹੀਂ ਯਾਦ? ਫਿਰ ਮੈਂ ਕਿਹਾ ਦੱਸਾਂ, ਦੱਸ ਦਿਓ। ਮੈਂ ਤਾਂ ਗੁੱਸਾ ਹੋ ਗਿਆ। ਸੋ ਗਾਈਸ, ਸਾਡੀ ਐਨਵਰਸਰੀ ਆ ਰਹੀ ਆ, ਸੈਕਿੰਡ ਐਨਵਰਸਰੀ, 4th of January। ਬਚ ਗਿਆ ਮੈਂ, ਕੋਈ ਨਹੀਂ ਪਤਾ, ਹੁਣ ਤਾਂ ਮੈਨੂੰ ਗੱਲ ਕਰ ਰਹੇ ਸੀ 3-4 ਦਿਨ ਪਹਿਲਾਂ। ਡਰਾਮੇ ਕਾਹਤੋਂ ਕਰਦਾ ਵੀ, ਜਿੱਦਾਂ ਏਦਾਂ ਐਕਟ ਕਰਨਾ ਵੀ ਹਨਾ, ਮੈਂ ਭੁੱਲ ਗਿਆ ਤਾਂ ਮੈਂ ਕੂਲ ਬਣਦਾ, ਮੈਨੂੰ ਸੱਚੀ ਨਹੀਂ ਯਾਦ ਸੀ। ਸੋ ਗਾਈਸ, ਸਾਡੀ ਐਨਵਰਸਰੀ ਆ ਰਹੀ ਆ, ਯੇ, ਆਮ ਸੋ ਐਕਸਾਈਟਿਡ। ਆਈ ਰੋਲ ਦੇਖੋ, ਫੇਕ ਆਈ ਰੋਲ, ਫੇਕ ਆਈ ਰੋਲ, ਫੇਕੇਸਟ ਤੂੰ ਕਰੀ, ਫੇਕੇਸਟ ਮੈਂ ਵਧੀਆ ਕਰਦਾ। ਚਲੋ ਅਸੀਂ ਕਰਦੇ ਰਹਿਣਾ। ਸੋ ਗਾਇਸ, 4 January ਨੂੰ ਸਾਡੀ ਐਨਵਰਸਰੀ ਆ,
ਸੋ ਇਹ ਸੀਗੀ ਸਾਡੀ ਅੱਜ ਦੀ ਵੀਡੀਓ। 4 ਜਨਵਰੀ ਨੂੰ ਵੀ ਸੈਲੀਬ੍ਰੇਸ਼ਨ ਹੋਊਗਾ, ਕਿੱਧਰ ਮੈਨੂੰ ਸਰਪ੍ਰਾਈਜ਼ ਦੇਣਗੇ ਕੋਈ ਸੋਹਣਾ ਜਿਹਾ। ਕਿਹੜਾ ਸੋਹਣਾ ਜਿਹਾ ਹੋਈ ਯਾਰ ਯਾਰ ਬਾਬੇ ਮੈਂ ਨਹੀਂ ਦਿੰਦਾ ਯਾਰ, ਸੋਹਣਾ ਜਿਹਾ ਸਰਪ੍ਰਾਈਜ਼ ਮਿਲੂਗਾ ਮੈਨੂੰ, ਮੈਂ ਨਹੀਂ ਦੇਣਾ ਕੁਛ ਵੀ ਤੈਨੂੰ। ਓਕੇ ਗਾਈਜ਼, ਹੁਣ ਅਸੀਂ ਅੱਜ ਚੈਨ ਦੀ ਨੀਂਦ ਸੋਵਾਂਗੇ, ਸਾਰੇ ਕੰਮ ਹੋ ਗਏ, ਸਭ ਕੁਛ ਅੱਛੇ ਸੇ ਨਿਪਟ ਗਿਆ ਹੈ, ਅਬ ਹਮ ਸੋਏਂਗੇ। ਸੋ ਗਾਇਸ, ਇਹ ਸੀਗੀ ਸਾਡੀ ਅੱਜ ਦੀ ਵੀਡੀਓ, ਹੋਪਫੁਲੀ ਤੁਹਾਨੂੰ ਪਸੰਦ ਆਈ ਹੋਗੀ। ਮਿਲਦੇ ਤੁਹਾਨੂੰ ਅਗਲੀ ਵੀਡੀਓ 'ਚ, ਬਾਏ।